ਦੱਸਣ ਮੁਤਾਬਕ ਹੈ ਵੀ ਪ੍ਰਭਾਤ ਫੇਰੀ ਜਾ ਰਹੀ ਸੀ, ਕੋਈ ਲੇਡੀਜ਼ ਦੇ ਨਾਲ ਛੇੜਖਾਨੀ ਕੀਤੀ ਦੋ ਬੰਦਿਆਂ ਨੇ, ਉਹਨਾਂ ਨੂੰ ਜਦੋਂ ਰੋਕਿਆ ਗਿਆ ਤੇ ਉਹ ਹੋਰ ਆਣ ਕੇ ਕੋਈ ਬੰਦੇ ਲੈ ਕੇ ਆ ਗਏ ਤੇ ਪਏ ਆ, ਉਹ ਕੌਂਸਲਰ ਸਾਹਿਬ ਦੇ ਘਰ ਆਏ ਤੇ ਇਹਨਾਂ ਨੇ ਕੌਂਸਲਰ ਦੇ ਘਰ ਵੀ ਉਹਨਾਂ ਨੇ ਜਿਹੜੇ ਆ ਇੱਟਾਂ ਰੋੜੇ ਮਾਰੇ, ਅਸੀਂ ਉਹ CCTV ਕੈਮਰਾ ਦੇਖ ਰਹੇ ਹਾਂ ਤੇ ਕੋਈ ਬਿੱਲਾ ਨਾਂ ਦਾ ਬੰਦਾ ਹੋਇਆ ਇਹਦੇ 'ਚ, ਕਹਿੰਦੇ ਬਿੱਲੇ ਨਾਂ ਦਾ ਸੀਗਾ, ਉਹਦੇ ਘਰ ਰੇਡ ਕੀਤਾ ਸੀਗਾ, ਉਹ ਦੋ ਉਹਨਾਂ ਦੇ ਜਿਹੜੇ ਉਹਦੇ ਭਰਾ ਕੋਲ ਮਿਲੇ ਆ ਉਹ ਲੈ ਗਏ ਆ ਥਾਣੇ, ਬਾਕੀ ਸਾਰਾ ਵੈਰੀਫਾਈ ਕਰ ਰਹੇ ਹਾਂ ਕਿ 6 ਵਜੇ ਦੀ ਘਟਨਾ, ਪਰ ਪੁਲਿਸ ਜਿਹੜੀ ਆ 1.5 ਘੰਟੇ ਬਾਅਦ ਪਹੁੰਚੀ। ਨਹੀਂ ਜੀ, 6 ਵਜੇ ਦੀ ਨਹੀਂ, ਸਾਨੂੰ ਜਦੋਂ ਇਨਫੋਰਮ ਹੋਇਆ 7:30 ਵਜੇ ਤੇ ਮੈਂ 7:45 ਮੈਂ ਆ ਗਿਆ ਖੁਦ ਇੱਥੇ ਆਪ, 7:30 ਵਜੇ ਮੈਨੂੰ ਇਨਫੋਰਮੇਸ਼ਨ ਮਿਲੀ ਸੀਗੀ, 7:45 ਵਜੇ ਮੈਂ ਇੱਥੇ ਪਹੁੰਚ ਗਿਆ ਸੀ। ਕੀ ਕਾਰਵਾਈ ਕੀਤੀ ਜੀ? ਹੁਣ ਅਸੀਂ ਇਹਨਾਂ ਦਾ ਕੇਸ ਰਜਿਸਟਰ ਕਰਕੇ, ਜੋ ਹੈਗਾ ਵਾ ਬੰਦੇ ਜਿਹੜੇ ਅਨਨੋਨ ਬੰਦੇ ਨੇ ਇਹਨਾਂ ਤੇ ਕੇਸ ਰਜਿਸਟਰ ਲੱਗਿਆ ਕਰਨ, ਕਿਉਂਕਿ ਇਹਨਾਂ ਨੂੰ ਬਾਈ ਨੇਮ ਕੋਈ ਪਤਾ ਨਹੀਂ ਹੈਗਾ, ਇੱਕ ਸਿਰਫ ਬਿੱਲਾ ਬਿੱਲੇ ਨਾਂ ਦਾ ਪਤਾ ਲੱਗਾ, ਉਹ ਤੇ ਅਸੀਂ ਵੈਸੇ ਰਾਊਂਡਅਪ ਕੀਤੇ ਆ, ਕੇਸ ਰਜਿਸਟਰ ਬਣ ਕੇ ਜੋ ਕਾਨੂੰਨੀ ਕਾਰਵਾਈ ਹੋਏਗੀ। ਮੇਰਾ ਨਾਮ ਰਮਨ ਰੰਮੀ ਹੈ ਜੀ, ਵਾਈਫ ਮੇਰੇ ਕੌਂਸਲ ਦੇ ਛਾੜੇ ਤੋਂ। ਕੀ ਮਾਮਲਾ ਸਰ ਜਿਹੜਾ ਅੱਜ ਹੋਇਆ? ਮਾਮਲਾ ਭਾਜੀ ਇਹ ਆ ਵੀ ਛਾੜੇ ਚੌਂਕ 'ਚ ਪ੍ਰਭਾਤ ਫੇਰੀ ਜਾ ਰਹੀ ਸੀ ਰੂਟੀਨ ਦੀ ਤਰ੍ਹਾਂ, ਜਿੱਦਾਂ ਰੋਜ਼ ਨਿਕਲਦੀ ਹੈ ਸ਼ਿਵਰਾਤਰੀ ਤੋਂ 1 ਮਹੀਨਾ ਪਹਿਲਾਂ ਸ਼ੁਰੂ ਹੁੰਦੀ ਆ, ਤੇ ਅੱਜ ਉੱਥੇ ਜਨਾਨੀਆਂ ਨਾਲ ਛੇੜਖਾਨੀ ਕੀਤੀ ਦੋ ਲੜਕਿਆਂ ਨੇ, ਤੇ ਜਦਕਿ ਉਹ ਜਿਹੜੀ ਉੱਥੋਂ ਮੰਦਿਰ ਕਮੇਟੀ ਦੇ ਪ੍ਰਬੰਧਕ ਸੀ ਉਹਨਾਂ ਨੂੰ 3 ਵਾਰੀ ਰੋਕਿਆ, ਉਹ ਬਾਅਦ 'ਚ ਮੇਰੀ ਮਦਦ ਲੈਣ ਲਈ ਮੰਦਿਰ ਵਾਲੇ ਮੇਰੇ ਘਰ ਆਏ, ਉਹਨਾਂ ਦੇ ਪਿੱਛਾ ਕਰਦੇ ਹੀ ਉਹ ਮੇਰੇ ਘਰ ਆ ਗਏ, ਉਹਨਾਂ ਨੇ ਉੱਥੇ ਇੱਟ ਵੱਟਾ ਪੱਥਰ ਬੋਤਲਾਂ ਸ਼ਰਾਬ ਦੀਆਂ ਬਹੁਤ ਗੰਦ ਬੋਲਿਆ, ਦਾਤਰ ਮਾਰੇ ਮੇਰੇ ਬੂਹੇ ਦੇ ਆ ਗਏ ਲੋਕਾਂ, ਉਹ ਜੇ ਨਾ ਉਹ ਮੈਂ ਦੋਵੇਂ ਮੰਦਿਰ ਵਾਲੇ ਕਮੇਟੀ ਵਾਲੇ ਆਪਣੇ ਘਰ ਦੇ ਅੰਦਰ ਵਾਰਦਾ, ਅੱਜ ਉਹਨਾਂ ਨੂੰ ਮਾਰ ਦੇਣਾ ਸੀ ਉਹਨਾਂ ਨੇ। ਪਤਾ ਲੱਗਾ ਕੌਣ ਸੀਗੀ ਉਹ? ਇਹ ਤਾਂ ਹੁਣ ਪੁਲਿਸ ਦੀ ਜ਼ਿੰਮੇਵਾਰੀ ਜੀ, ਪੁਲਿਸ ਵੈਰੀਫਾਈ ਕਰੇ ਕੌਣ ਹੈ ਜੀ, ਅਸੀਂ VDCCTV ਉਹਨਾਂ ਨੂੰ ਦੇ ਦਿੱਤੀ ਹੈ, ਪ੍ਰਸ਼ਾਸਨ ਨਾਂ ਦੀ ਚੀਜ਼ ਹੀ ਨਹੀਂ ਰਹੀ ਪਿਛਲੇ 40 ਸਾਲ ਤੋਂ, ਇਹ ਯਾਤਰਾ ਨਿਕਲਦੀ ਇਸ ਤਰ੍ਹਾਂ ਹੀ, ਤੇ ਅੱਜ ਹੀ ਇਹ ਹੋਣਾ ਸੀ ਜਦੋਂ ਦੀ ਇਹ ਸਰਕਾਰ ਆਈ, ਬੇੜਾ ਗਰ ਕਰਕੇ ਰਾਤਾਂ ਇਹਨਾਂ ਨੇ ਛਾੜੇ ਦਾ, ਪਰਸੋਂ ਵੀ ਇੱਥੇ ਨਰਾਇਣਗੜ੍ਹ ਵਾਰਦਾ ਤੋਂ ਹੀ ਉਹ ਮੁੰਡੇ ਉਹਦੀ ਚੱਕੀ ਗੱਲ ਪੈ ਕੇ ਦੁਕਾਨ 'ਤੇ, ਅੱਜ ਤੱਕ ਨਹੀਂ ਉਹਦਾ ਕੁਛ ਹੋ ਸਕਿਆ ਉੱਥੇ। ਪੁਲਿਸ ਪਹੁੰਚੀ ਜੀ ਮੌਕੇ 'ਤੇ? ਪੁਲਿਸ ਭਾਜੀ 1.5 ਘੰਟੇ ਬਾਅਦ ਫੋਨ ਕਰਕੇ ਦੋ ਮੁਲਾਜ਼ਮ ਆਏ ਆ, 5:45 ਦੀ ਗੱਲ, 7:10 ਤੇ ਸਾਡੇ ਕੋਲ SI ਸਾਹਿਬ ਆਏ ਆ, ਤੇ ਹੁਣ ਕੀ ਮੰਗ ਕੀ ਕਰਦੇ? ਅਸੀਂ ਮੰਗ ਕਰਦੇ ਵੀ ਸਾਡੇ ਨੂੰ ਇਨਸਾਫ਼ ਮਿਲਣਾ ਚਾਹੀਦਾ, ਉਹਨਾਂ ਦੇ ਪਰਚਾ FIR ਦਰਜ ਕੀਤੀ ਜਾਵੇ। ਕੰਮ ਜਿੰਨਾ ਹੋਇਆ ਨਾ, ਨਾਮਜ਼ਦ ਬਾਹਰ ਕਰ ਲਿਓ ਬੰਦੇ, ਤੁਸੀਂ ਵੇਖ ਦੇਖ ਲੋਗੇ ਟਾਈਮ ਪਾਸ ਕਰਦੇ ਪਏ ਹੋ, ਭਾਵੇਂ ਕਿਸੇ ਵੀ ਅਫਸਰ ਨੂੰ, CP ਸਾਹਿਬ ਨੂੰ, ਕਰੋ ਸਾਡੀ ਵੀਡੀਓ ਬਣਾਓ। ਮੈਂ CP ਸਾਹਿਬ ਨੂੰ 20 ਇੱਕ ਮਿੰਟ, ਮੈਂ 20 ਫੋਨ ਕੀਤੇ, ਮੇਰੇ ਕੋਲ ਸਰ ਫੋਨ ਨਹੀਂ, ਤੁਹਾਡਾ ਮੇਰਾ ਫੋਨ ਨਹੀਂ ਚੁੱਕਿਆ, 20 ਫੋਨ ਕੀਤੇ। ਸੱਚਾ ਸਾਹਿਬ ਕੋਲ ਟਾਈਮ ਨਹੀਂ ਹੈਗਾ, ਡਿੱਪੀ ਸਾਹਿਬ ਕੋਲ ਟਾਈਮ ਨਹੀਂ ਹੈਗਾ, CP ਸਾਹਿਬ ਕੋਲ ਟਾਈਮ ਨਹੀਂ ਹੈਗਾ, ਮੈਂ ਕੋਈ ਤੁਹਾਡੀ ਧਾਰਮਿਕ ਭਾਵਨਾ ਤੇ ਕੋਈ ਤੁਹਾਨੂੰ ਅਸਰ ਨਹੀਂ ਹੈਗਾ, ਕੋਈ ਇਹ ਕੋਈ ਜੈਮ ਮਤਲਬ ਬਣੀ ਹੈ, ਇਹ ਵੀ ਕੋਈ ਖਲੋਤੇ ਹੋ, FIR ਦਰਜ ਕਰੋ, ਨਹੀਂ ਕਰਦੇ ਆਪਾਂ ਸਾਡੇ ਚੌਂਕ ਦੀ ਗੱਲਿਆ, ਮੇਰੀ ਗੱਲ ਸੁਣ ਲਓ, ਤੁਹਾਡੇ ਮੂੰਹ ਵੱਲ ਵੇਖਣ ਦੇ, ਤੁਸੀਂ ਕਰਨ ਜੀ ਤੁਸੀਂ ਦੱਸੋ ਵੀ ਆਪਾਂ ਆਪਣਾ ਟਾਈਮ ਪਾਸ ਕਰਦੇ ਹੋ।
ਸਰਕਾਰ ਸਬੂਤ ਦਾ ਡਰ ਤੁਹਾਨੂੰ ਹੋਊਗਾ, ਸਾਡੇ ਨਹੀਂ ਹੈ। ਸਰਕਾਰ ਦੇ ਬਗੈਰ ਤੁਸੀਂ ਹੈਗੇ, ਆਪਾਂ ਨਹੀਂ ਹੈਗੇ। ਆਪਾਂ ਤੇ ਆਪਣੀ ਸਰਕਾਰ ਦੇ ਖਿਲਾਫ਼ ਬੋਲ ਪੈਂਦੇ ਨਹੀਂ। ਆਪਾਂ ਜਦੋਂ ਕੋਈ ਗਲਤ ਕੰਮ ਹੁੰਦਾ ਸੀ ਸਾਨੂੰ ਨੀ ਕਿਸੇ ਦਾ ਹੈਗਾ, ਇਹ ਧਾਰਮਿਕ ਕੰਮ ਹੈ, ਧਾਰਮਿਕ ਭਾਵਨਾ ਆ ਤੋਂ ਹੀ ਆ। ਪਰ ਡੇਢ ਘੰਟੇ ਤੋਂ ਤੁਸੀਂ ਐਡੀਸ਼ਨ ਐਸ ਐਚ ਓ, ਤੁਹਾਡਾ ਫਰਜ਼ ਬਣਦਾ ਵਾ ਕਾਰਵਾਈ ਪਾਉਣੀ, ਪਰ ਤੁਸੀਂ ਟਾਈਮ ਪਾਸ ਕਰਦੇ ਪਏ ਹੋ ਤੁਹਾਡੇ ਮੂੰਹ ਤੇ। ਆਪਾਂ ਕਿਸੇ ਨੂੰ ਬਾਹਰ ਨਹੀਂ ਕਹਿਣਾ, ਤੁਹਾਡੇ ਖਾਣਾ ਖੂਹ ਤੇ ਗੱਲਾਂ ਮੂੰਹ ਤੇ, ਸਪਸ਼ਟ ਗੱਲ ਜੀ। 15 ਮਿੰਟ ਦੇ ਪੇਪਰ ਦਿੱਤੇ ਨੂੰ ਹੋ ਗਿਆ, ਆਪਾਂ ਕਿਹੜੇ ਦਰਜ ਕਰੇ ਉੱਥੇ ਜਾ ਕੇ। ਇੱਕ ਦੂਜੇ ਦਾ ਆਪਾਂ ਰੋਜ਼ ਹੀ ਆਉਂਦੇ ਜਾਂਦੇ ਹਾਂ, ਤਾਂ ਹੀ ਹੈ ਨਾ ਤੁਹਾਡੀ ਵੀ ਆਪਾਂ ਗੱਲ ਮੰਨ ਲਈ ਆ। ਬਿਲਕੁਲ ਬਿਲਕੁਲ ਅਸੀਂ ਕਿਹਾ ਬਾਈ ਤੁਹਾਡੇ ਕਹਿੰਦੇ ਮਹਾਜੀ ਗੱਲ, 6 ਬੰਦੇ ਸਾਡੇ ਮੁਹੱਲੇ ਨੂੰ ਅੱਗੇ ਲਾ ਗਏ ਨੇ ਤੇ ਤੂੰ ਮੇਰੀ ਗੱਲਾਂ ਕੀ ਕਰੇਗਾ, ਕੱਲੇ ਡਾਇਲੋਗ ਕੀ ਕਰੇਗਾ।